ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਗੁਰਾਇਆ ਇਲਾਕੇ ਅੰਦਰ ਲੁੱਟਾਂ ਖੋਹਾਂ ਦੀ ਗੱਲ ਆਮ ਹੁੰਦੀ ਜਾ ਰਹੀ ਹੈ। ਲੁਟੇਰਿਆਂ ਨੇ ਲੁੱਟ ਦੀ ਇੱਕ ਹੋਰ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਇੱਕ ਸਬਜ਼ੀ ਵਾਲੇ ਪਾਸੋਂ ਤੇਜ਼ ਤਾਰ ਹਥਿਆਰਾਂ ਦੀ ਨੋਕ 'ਤੇ ਲੁੱਟ ਖੋਹ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਵਨ ਕੁਮਾਰ ਪੁੱਤਰ ਅਰਜਨ ਰਾਮ ਵਾਸੀ ਪਿੰਡ ਸੰਘ ਢੀਸੀਆਂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਪਿੰਡ ਘੁੜਕਾ ਤੋਂ ਸਬਜ਼ੀ ਵੇਚ ਕੇ ਆ ਰਿਹਾ ਸੀ। ਜਦ ਉਹ ਘੁੜਕਾ ਦੀ ਨਹਿਰ ਪੁਲੀ 'ਤੇ ਪੁੱਜਾ ਤਾਂ ਪੁਲੀ 'ਤੇ ਪਹਿਲਾਂ ਤੋਂ ਖੜ੍ਹੇ 3 ਤੋਂ 4 ਲੁਟੇਰਿਆਂ ਨੇ ਉਸ ਉੱਪਰ ਹਮਲਾ ਕਰਕੇ ਉਸਦੀ ਉੱਪਰਲੀ ਜੇਬ ਵਿੱਚੋਂ 800 ਰੁਪਏ ਦੀ ਨਕਦੀ ਖੋਹ ਲਈ। ਉਸਨੇ ਦੱਸਿਆ ਕਿ ਉਸਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਹੈ। ਹਾਂਜੀ ਭਾਅ ਜੀ, ਨਾਂ ਕੀ ਤੁਹਾਡਾ? ਨਾਂ ਮੇਰਾ ਹੈਗਾ ਪਵਨ ਕੁਮਾਰ ਅਤੇ ਮੈਂ ਘੁੜ ਕੇ ਆਉਂਦਾ ਸੀ ਗੇੜਾ ਲਾ ਕੇ ਅਤੇ ਨਹਿਰ 'ਤੇ 3-4 ਜਣੇ ਖੜ੍ਹੇ ਸੀਗੇ ਦਾਤ ਲੈ ਕੇ ਅੱਡੇ ਅੱਡੇ ਅਤੇ ਮੈਂ ਜਦ ਲੰਘਣ ਲੱਗਾ ਤਾਂ ਮੈਨੂੰ ਕਹਿੰਦੇ ਰੁਕ ਜਾ ਦਾਤ ਲੈ ਕੇ ਐਡਾ ਬੜਾ ਸਾਰਾ ਅਤੇ ਮੈਂ ਨਹੀਂ ਰੁਕਿਆ, ਮੈਂ ਫਟਾਫਟ ਰੇਸ ਦਿੱਤੀ ਆ। ਉਹਨੇ ਮੇਰੀ ਜੇਬੀਆਂ ਫੜੀ ਆ, ਆਹ ਸਾਰੀ ਜੇਬੀ ਨਾਲ ਲੈ ਕੇ ਲੈ ਗਿਆ, 700-800 ਰੁਪਈਆ ਸੀਗਾ ਵਿੱਚੋਂ ਲੈ ਗਿਆ ਸਾਰਾ। ਬਾ ਇੰਨੇ ਚਿਰ ਨੂੰ ਮੈਂ ਦੌੜਿਆ, ਮੈਂ ਦੇਖਿਆ ਵੀ ਨਹੀਂ ਮੁੜ ਕੇ ਪਿੱਛੇ ਨੂੰ ਕੀ ਮੂੰਹ ਮੰਨੇ ਸੀ? ਮੈਂ ਮੂੰਹ ਨਹੀਂ ਬੰਨੇ ਸੀ, ਉੱਤੇ ਸੀਗਾ ਇੱਕ ਤਾਂ ਲੰਮਾ ਜਿਹਾ ਸੀਗਾ, ਖੱਤ ਜਿਹਾ ਰੱਖਿਆ ਸੀ, ਇੱਕ ਮੁੰਡਾ ਜਿਹਾ ਸੀਗਾ ਅਤੇ ਇੱਕ ਹੋਰ ਇੱਧਰ ਸਾਈਡ ਨੂੰ ਖੜ੍ਹਾ ਸੀਗਾ। ਤਿੰਨ ਚਾਰ ਜਣੇ ਸੀਗੇ ਬਾਹਲਾ, ਮੈਂ ਦੇਖਿਆ ਨਹੀਂ, ਮੈਂ ਤਾਂ ਫਟਾਫਟ ਰੇਸ ਦਿੱਤੀ, ਜੇ ਰੁਕ ਜਾਂਦਾ ਤਾਂ ਉਹਨੇ ਮੈਂ ਦਾਤ ਦੁੱਧ ਮਾਰ ਦੇਣਾ ਸੀਗਾ। ਮੈਂ ਤਾਂ ਦੌੜਿਆ ਫਟਾਫਟ।